ਕਦੇ ਨਹੀਂ ਪੂਰੀ ਨਹੀਂ ਹੋਈ। ਜਿਨ੍ਹਾਂ ਦੀ ਇੱਛਾ ਪੂਰੀ ਹੋ ਗਈ ਹੋਵੇ ਉਹ ਜਦੋਂ ਜਾਂਦੇ ਨੇ ਨਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਰਹੰਦ ਦੀ ਦੀਵਾਰ ਦੇ ਕੋਲ ਠੰਡੇ ਬੁਰਜ ਦੇ ਕੋਲ ਜਦੋਂ ਜਾਂਦੇ ਨੇ ਚਮਕੌਰ ਦੀ ਗੜੀ ਉਹਨਾਂ ਦੇ ਅੰਦਰ ਸ਼ੁਕਰਾਨੇ ਤੇ ਬੈਰਾਗ ਦੇ ਹੰਝੂ ਹੁੰਦੇ ਨੇ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸ਼ੁਕਰਾਨਾ ਕਰਕੇ ਆਉਂਦੇ ਨੇ ਤੇ ਹਿਰਦੇ ਚੋਂ ਇੱਕ ਅਰਦਾਸ ਨਿਕਲਦੀ ਹੈ, ਸਤਿਗੁਰੂ ਜੀ ਕਿਰਪਾ ਕਰੋ ਹਰ ਗੁਰਸਿੱਖ ਦੇ ਘਰ ਵਿੱਚ ਬੇਟਾ ਬੇਟੀ ਤੇਰੇ ਸਾਹਿਬਜ਼ਾਦਿਆਂ ਵਰਗੇ ਹੋਣ। ਪਰ ਇਹ ਗੱਲ ਯਾਦ ਰੱਖਿਓ, ਅੱਜ ਦੇ ਯੁੱਗ ਅੰਦਰ ਸਾਡੇ ਸਾਹਮਣੇ ਬਹੁਤ ਵੱਡਾ ਚੈਲੰਜ ਹੈ, ਸਾਡੇ ਬੱਚੇ ਸਿੱਖੀ ਨਾਲ ਜੁੜੇ ਰਹਿਣ। ਇਹ ਗੱਲ ਮਨ ਵਿੱਚ ਵਸਾ ਲੈਣੀ, ਜੇ ਸਾਡੇ ਬੱਚੇ ਤਿੰਨ ਚੀਜ਼ਾਂ ਨਾਲ ਨਾ ਜੁੜ ਸਕੇ, ਇੱਕ ਗੁਰਬਾਣੀ, ਦੂਸਰਾ ਗੁਰਮਤਿ, ਤੀਸਰਾ ਗੁਰਸਿੱਖੀ, ਸੱਚ ਜਾਣੇ ਕੁਛ ਨਹੀਂ ਕਮਾਇਆ, ਅੰਦਰੋਂ ਖਾਲੀ ਹਾਂ ਤੇ ਖਾਲੀ ਤੁਰ ਜਾਣਾ, ਕਿਸੇ ਨੇ ਯਾਦ ਵੀ ਨਹੀਂ ਕਰਨਾ। ਜੇ ਸਾਡੇ ਬੱਚਿਆਂ ਦੇ ਕੋਲ ਤਿੰਨ ਚੀਜ਼ਾਂ ਆ ਗਈਆਂ, ਗੁਰਬਾਣੀ ਨਾਲ ਪਿਆਰ, ਗੁਰਮਤਿ ਨਾਲ ਪਿਆਰ, ਗੁਰਸਿੱਖੀ ਨਾਲ ਪਿਆਰ, ਪਿਆਰਿਓ ਕਮਾਈ ਘੱਟ ਵੀ ਹੋ ਗਈ ਕੋਈ ਗੱਲ ਨਹੀਂ, ਪ੍ਰੋਪਰਟੀ ਘੱਟ ਵੀ ਬਣੀ ਕੋਈ ਗੱਲ ਨਹੀਂ, ਸਭ ਕੁਛ ਆ ਗਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਆ ਜਾਣੀਆਂ ਨੇ। ਇਹਦੇ ਲਈ ਸਭ ਤੋਂ ਵੱਡਾ ਖਤਰਾ ਹੈ ਮਨੁੱਖ ਦੀ ਜ਼ਿੰਦਗੀ ਵਿੱਚ ਚਸਕਿਆਂ ਦੀ ਤ੍ਰਿਸ਼ਨਾ, ਲੱਭ। ਇਹ ਭਗਤਾਂ ਦੇ ਜੀਵਨ ਵਿੱਚ ਨਹੀਂ ਸੀ। ਦੂਸਰਾ ਹੈ ਲੋਭ, ਇਹਨੂੰ ਵੀ ਜ਼ਰਾ ਸਮਝਿਓ। ਕੋਈ ਗਰੀਬ ਗੁਰੂ ਦੀ ਹਜ਼ੂਰੀ 'ਚ ਬੈਠਾ ਹੋਵੇ, ਵੈਸੇ ਤਾਂ ਆਪਾਂ ਸਾਰੇ ਗਰੀਬ ਹੈ, ਨਹੀਂ ਕਿਸੇ ਕੋਲ ਕੋਈ ਆਮਦਨ ਨਹੀਂ ਹੈ ਕਿ ਸਾਡੇ ਕੋਲ ਬਹੁਤੀ ਫੈਸਿਲਿਟੀ ਲਗਜ਼ਰੀ ਹੋਵੇ, ਫਿਰ ਵੀ ਹਰ ਗਰੀਬ ਦੇ ਅੰਦਰ ਇੱਕ ਇੱਛਾ ਹੁੰਦੀ ਹੈ, ਮੇਰੇ ਕੋਲ ਵੀ ਇੱਕ ਵਧੀਆ ਘਰ ਹੋਵੇ, ਘੱਟੋ ਘੱਟ ਅਮੀਰਾਂ ਵਰਗਾ ਘਰ ਹੋਵੇ, ਮੇਰਾ ਬੱਚਾ ਵੀ ਰਾਤ ਨੂੰ ਐਵੇਂ ਮੱਛਰ ਵਿੱਚ ਦੁਖੀ ਨਾ ਹੁੰਦਾ ਹੋਵੇ, ਘੱਟੋ ਘੱਟ ਰਾਤ ਨੂੰ ਚੰਗੀ ਨੀਂਦ ਤੇ ਸੌ ਲਵੇ, ਮੈਂ ਵੀ ਆਪਣੇ ਬੇਟੇ ਬੇਟੀ ਨੂੰ ਚੰਗੇ ਸਕੂਲ ਕਾਲਜ ਵਿੱਚ ਪੜ੍ਹਾ ਲਵਾਂ ਤਾਂ ਕਿ ਉਹ ਉੱਚ ਅਹੁਦਿਆਂ ਤੇ ਪਹੁੰਚ ਸਕੇ। ਹਰ ਮਾਪਿਆਂ ਦੇ ਅੰਦਰ ਇੱਛਾ ਹੁੰਦੀ ਹੈ, ਮੈਂ ਬੇਨਤੀ ਕਰਾਂ ਜਿਸ ਦਿਨ ਇੱਛਾ ਪੂਰੀ ਹੋ ਜਾਂਦੀ ਹੈ, ਚੰਗਾ ਘਰ ਬਣ ਜਾਂਦਾ ਹੈ, ਉਸ ਦਿਨ ਤੂੰ ਜੇ ਮਨ ਵਿੱਚ ਸੰਤੁਸ਼ਟ ਹੈ ਤਾਂ ਤੇਰੇ ਅੰਦਰ ਸ਼ੁਕਰਾਨਾ ਆਉਣਾ ਚਾਹੀਦਾ ਉਸ ਘਰ ਦੇ ਵਿੱਚ। ਦੇਖੀ ਕਿਤੇ ਸਵੇਰ ਵੇਲੇ ਨਿਤਨੇਮ ਹੋ ਰਿਹਾ ਕਿ ਨਹੀਂ। ਜਿਸ ਘਰ ਨੂੰ ਬਣਾਉਣ ਵਾਸਤੇ ਸਾਰੀ ਜ਼ਿੰਦਗੀ ਦੀ ਕਮਾਈ ਲਾ ਦਿੱਤੀ, ਤੂੰ ਆਪਣੇ ਸੁੱਖ ਆਰਾਮ ਛੱਡ ਕੇ ਘਰ ਤੇ ਵਧੀਆ ਬਣਾ ਲਿਆ, ਜੇ ਅੰਦਰ ਗੁਰਬਾਣੀ ਗੁਰਮਤਿ ਗੁਰਸਿੱਖੀ ਨਹੀਂ ਤੇ ਸੋਚਦਾ ਪਿਆ ਕਦੀ ਬਜਾਏ ਦੋ ਘਰ ਬਣਾ ਲਈਏ, ਤਿੰਨ ਬਣਾ ਲਈਏ, ਇੱਕ ਨੇ ਤੇਰਾ ਕੁਛ ਨਹੀਂ ਸਵਾਰਿਆ ਤੇ ਚਾਰ ਕੀ ਸਵਾਰਨ ਗਿਆ। ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਘੱਟ ਨੇ ਜਾਂ ਵੱਧ ਨੇ, ਸਿੱਖ ਦੇ ਕੋਲ ਕੋਈ ਸਰੋਕਾਰ ਨਹੀਂ ਹੈ। ਉਹਦੇ ਅੰਦਰ ਤੇ ਕੋਈ ਇੱਛਾ ਹੈ ਕਿ ਮੈਂ ਸਵੇਰੇ ਉੱਠਦਿਆਂ ਵਾਹਿਗੁਰੂ ਦੇ ਨਾਲ ਗੱਲਾਂ ਕਰਦਿਆਂ ਇੱਕ ਗੱਲ ਨਿੱਤ ਸਾਂਝੀ ਕਰਨੀ ਆ, ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ, ਤੁਸੀਂ ਮੈਨੂੰ ਬਹੁਤ ਦਿੱਤਾ ਆ। ਇੱਕ ਗੱਲ ਹੋਰ ਯਾਦ ਰੱਖਣੀ, ਜਿਹਦੇ ਅੰਦਰ ਸ਼ੁਕਰਾਨਾ ਹੋਏਗਾ ਉਹ ਸੰਤੁਸ਼ਟ ਹੋਏਗਾ, ਜਿਹਨੂੰ ਇੰਗਲਿਸ਼ ਵਾਲੇ ਕਹਿੰਦੇ ਸੈਟਿਸਫਾਈਡ ਹੋਏਗਾ, ਸੰਤੁਸ਼ਟ ਹੋਏਗਾ। ਜਿਹਦੇ ਅੰਦਰ ਸ਼ੁਕਰਾਨਾ ਨਹੀਂ ਹੈ, ਸੰਤੁਸ਼ਟ ਨਹੀਂ ਹੈ, ਇਹਦਾ ਨੁਕਸਾਨ ਨੋਟ ਕਰਿਓ, ਜਿਹੜਾ ਅੰਦਰੋਂ ਸੰਤੁਸ਼ਟ ਨਹੀਂ ਹੈ ਉਹ ਖਿਝਿਆ ਹੋਇਆ ਹੋਇਆ, ਅੰਦਰੋਂ ਖਿਝਿਆ ਹੋਇਆ। ਪਤੀ ਪਤਨੀ ਦੇ ਰਿਸ਼ਤੇ ਵਿੱਚ ਇੱਕ ਦੂਸਰੇ ਤੋਂ ਸੰਤੁਸ਼ਟ ਨਹੀਂ ਤੇ ਖਿਝੇ ਹੋਏ ਹੈ, ਸੰਤੁਸ਼ਟ ਲੋਭੀ ਨਹੀਂ ਹੋ ਸਕਦਾ। ਸੁਖਮਨੀ ਸਾਹਿਬ ਜੀ ਦੀ ਬਾਣੀ, ਸਹਿਸ ਖੱਟੇ ਲੱਖ ਕੋਟ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛਾ ਪਾਵੈ। ਤੇ ਭਗਤਾਂ ਦੀ ਜ਼ਿੰਦਗੀ ਦੇ ਵਿੱਚ ਲੋਭ ਨਹੀਂ ਸੀ, ਲੱਭ, ਲੋਭ, ਅਹੰਕਾਰ। ਅੱਜ ਦਾ ਸਮਾਜ ਬਹੁਤਾ ਸੁਧਰਿਆ ਹੋਇਆ ਸਮਾਜ ਨਹੀਂ ਗਿਆ, ਬਹੁਤਾ ਸੁਧਰਿਆ ਹੋਇਆ ਸਮਾਜ ਨਹੀਂ ਗਿਆ। ਆਪਾਂ ਉਸ ਪੰਜਾਬ ਦੇ ਜੰਮਪਲ ਹਾਂ, ਉਸ ਪੰਜਾਬ ਵਿੱਚ ਰਹਿਣ ਵਾਲੇ ਹਾਂ, ਜਿਸ ਪੰਜਾਬ ਨੂੰ ਕਦੀ ਕਿਸੇ ਨੇ ਕਿਹਾ ਸੀ, ਉਹ ਵਿਦਵਾਨ ਸੱਜਣ ਕਹਿੰਦਾ ਸੀ, ਪੰਜਾਬ ਵਸਦਾ ਗੁਰਾਂ ਦੇ ਨਾਮ ਤੇ। ਇਹ ਉਹ ਪੰਜਾਬ ਹੈ, ਦੁਨੀਆਂ ਦੇ ਕੋਨੇ ਕੋਨੇ ਵਿੱਚ, ਚਾਹੇ ਉਹ ਨਿਊਜ਼ੀਲੈਂਡ ਦਾ ਆਖਰੀ ਸ਼ਹਿਰ ਕ੍ਰਾਈਸਟ ਚਰਚ ਹੋਵੇ ਜਿੱਧਰ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੈ,
ਤੇ ਚਾਹੇ ਉਹ ਇਧਰ ਨੀਚੇ ਵਾਲੇ ਪਾਸੇ ਅਮਰੀਕਾ ਦਾ ਲਾਸਟ ਸ਼ਹਿਰ ਲਾਸ ਐਂਜਲਸ ਤੋਂ ਉੱਪਰ ਹੋਵੇ ਜਿੱਥੇ ਸੂਰਜ ਦੀਆਂ ਛਿਪਦੀਆਂ ਆਖਰੀ ਕਿਰਨ ਪੈਂਦੀ ਹੈ, ਜਿੱਥੇ ਵੀ ਮਨੁੱਖ ਚਲਿਆ ਜਾਵੇ ਜਦੋਂ ਨਾਮ ਪੰਜਾਬ ਦਾ ਚੇਤੇ ਆਉਂਦਾ ਤੇ ਗੁਰੂ ਚੇਤੇ ਆਉਂਦੇ ਨੇ, ਤੇ ਜਦੋਂ ਗੁਰੂ ਸਾਹਿਬ ਦੀ ਯਾਦ ਬਣਦੀ ਹੈ ਪੰਜਾਬ ਚੇਤੇ ਆਉਂਦਾ ਹੈ। ਤੇ ਅੱਜ ਉਸ ਪੰਜਾਬ ਦੇ ਅੰਦਰ ਮੇਰੀਆਂ ਮਾਵਾਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ, ਕਦੀ ਕੋਈ ਔਰਤ ਰਾਤ ਨੂੰ 10 ਵਜੇ ਕਿਤੇ ਇਕੱਲੀ ਹੁੰਦੀ, ਪੰਜ ਪਿੰਡਾਂ ਦੇ ਨਾਲ ਦੇ ਪਿੰਡ ਤੋਂ ਕਿਤੇ ਕੋਈ ਵਿਅਕਤੀ ਮਿਲ ਜਾਂਦਾ, ਉਹਦੇ ਅੰਦਰ ਹੌਸਲਾ ਬਣ ਜਾਂਦਾ ਸੀ, ਆਹ ਤੇ ਸਾਡੇ ਪਿੰਡਾਂ ਦਾ ਮੇਰਾ ਵੀਰ ਮਿਲ ਗਿਆ, ਹੁਣ ਮੈਨੂੰ ਕੋਈ ਫਿਕਰ ਨਹੀਂ। ਮੈਂ ਬੇਨਤੀ ਕਰਾਂ ਜੋ ਉਸੇ ਪੰਜਾਬ ਦੇ ਅੰਦਰ ਆਪਣੀ ਹੀ ਗਲੀ ਦੇ ਵਿੱਚ ਸਾਡੀ ਆਪਣੀ ਹੀ ਧੀ ਰਾਤ ਨੂੰ 11 ਵਜੇ ਇਕੱਲੀ ਨਹੀਂ ਜਾ ਸਕਦੀ, ਸੁਧਰਿਆ ਹੋਇਆ ਸਮਾਜ ਨਹੀਂ ਹੈ ਇਹ। ਜੋ ਸਮਾਜ ਵਿਗੜਿਆ ਨੋਟ ਕਰਿਓ, ਇਹਦੇ ਵਿੱਚ ਜਵਾਨ ਦੇ ਚਸਕੇ ਤੇ ਮਨੁੱਖ ਦਾ ਹੰਕਾਰ ਉਹਨੇ ਵਿਗਾੜ ਕੇ ਰੱਖ ਦਿੱਤਾ। ਅੱਜ ਦਾ ਹੰਕਾਰ ਹਰ ਪਾਸੇ ਰੁਕਾਵਟ ਹੈ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਬਹੁਤਾ ਬੋਲਣਾ ਹੁੰਦਾ ਹੈ ਉਹ ਬੋਲ ਜਿਹਨੂੰ ਵੱਡੇ ਬੋਲ ਕਹਿੰਦੇ ਨੇ, ਜਿਉਂ ਕਿ ਤੇ ਦੇਖਿਆ ਨਹੀਂ ਗੱਲਾਂ ਕਰਨੀਆਂ ਨੇ ਆਪ ਕਿਵੇਂ ਆਵੇ, ਭਗਤੀ ਤੋਂ ਬਿਨਾਂ ਨਹੀਂ ਆ ਸਕਦਾ। ਰਹਿੰਦੇ 6 ਮਿੰਟਾਂ ਵਿੱਚ ਜਿਹੜਾ ਸ਼ਬਦ ਭਾਈ ਗਗਨਦੀਪ ਸਿੰਘ ਜੀ ਹੋਰਾਂ ਨੇ ਪੜ੍ਹਿਆ ਸੀ, ਭਗਤੀ ਹੁੰਦੀ ਕੀ ਹੈ, ਭਗਤੀ ਕਰਨੀ ਕੀ ਹੈ, ਕਿਵੇਂ ਹੈ, ਇਹ ਸੁਣਨ ਵਾਸਤੇ ਓਪਨ ਮਾਈਂਡਡ ਬੈਠਣਾ ਪਵੇਗਾ। ਜਿਹਨੂੰ ਕਹਿੰਦੇ ਨੇ ਦਿਮਾਗ ਖੁੱਲ੍ਹਾ ਰੱਖ ਕੇ, ਬਹੁਤੇ ਮਨੁੱਖ ਬੰਦ ਦਿਮਾਗ ਰੱਖ ਕੇ ਸੁਣਦੇ ਨੇ, ਨਿਸ਼ਾਨੀ ਕੀ ਹੈ, ਜਿਹਦਾ ਦਿਮਾਗ ਬੰਦ ਹੁੰਦਾ ਹੈ ਉਹਨੂੰ ਕਹਿੰਦੇ ਨੇ ਅਕਲ ਬੰਦ, ਜਿਹਦਾ ਦਿਮਾਗ ਓਪਨ ਮਾਈਂਡਡ ਹੁੰਦਾ ਹੈ ਉਹਨੂੰ ਕਹਿੰਦੇ ਨੇ ਅਕਲ ਮੰਦ, ਮੰਮੇ ਤੇ ਬੱਬੇ ਦਾ ਫਰਕ ਹੈ। ਜਿਹਦਾ ਦਿਮਾਗ ਬੰਦ ਹੁੰਦਾ ਹੈ, ਅਕਲ ਬੰਦ ਹੁੰਦੀ ਹੈ, ਉਹਨੂੰ ਲੱਗਦਾ ਜੋ ਮੈਂ ਕਰ ਰਿਹਾ ਉਹੀ ਠੀਕ ਹੈ, ਉਹਦੇ ਉਲਟ ਉਹ ਸੁਣ ਨਹੀਂ ਸਕੇਗਾ, ਉਹ ਦੂਸਰੇ ਨੂੰ ਪਰਖੇਗਾ ਆਪਣੇ ਸੁਭਾਅ ਵਿੱਚੋਂ ਦੀ, ਬਾਕੀਆਂ ਦੀ ਗੱਲ ਛੱਡੋ। ਗੁਰੂ ਸਾਹਿਬ ਜੀ ਦੀ ਆਪਣੀ ਬਾਣੀ ਦੇ ਵਿੱਚੋਂ ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚ ਇੱਕ ਸ਼ਲੋਕ ਹੈ ਜਿਹੜਾ ਹੈ ਗੁਰੂ ਸਾਹਿਬ ਦਾ, ਸ਼ਬਦ ਕਬੀਰ ਵਰਤਿਆ ਹੈ, ਸ਼ਲੋਕ ਗੁਰੂ ਸਾਹਿਬ ਦਾ ਹੈ ਕਿਉਂਕਿ ਉੱਥੇ ਮਹਲਾ 5ਵਾਂ ਲਿਖਿਆ ਹੈ। ਉੱਥੇ ਇੱਕ ਸਟੋਰੀ ਲਿਖੀ ਹੋਈ ਹੈ, 2 ਸ਼ਲੋਕਾਂ ਦੇ ਵਿੱਚ ਇੱਕ ਕਹਾਣੀ ਲਿਖੀ ਹੋਈ ਹੈ 2 ਭਗਤਾਂ ਦੀ, ਇੱਕ ਭਗਤ ਹੈ ਤ੍ਰਿਲੋਚਨ ਜੀ, ਇੱਕ ਭਗਤ ਹੈ ਨਾਮਦੇਵ ਜੀ। ਭਗਤ ਤ੍ਰਿਲੋਚਨ ਜੀ ਦੇ ਮਨ ਵਿੱਚ ਖਿਆਲ ਆਇਆ, ਸੁਣਿਆ ਕਿ ਭਗਤ ਨਾਮਦੇਵ ਜੀ ਭਗਤ ਨੇ, ਦੇਖੀਏ ਇਹਨਾਂ ਦੀ ਭਗਤੀ ਕਿਵੇਂ ਆ। ਪਰ ਕੀ ਦੇਖਿਆ, ਉਹ ਤੇ ਸਵੇਰੇ ਉੱਠਦੇ ਨੇ, ਕੱਪੜੇ ਲੈਣ ਚਲੇ ਜਾਂਦੇ ਨੇ, ਕੱਪੜੇ ਧੋਂਦੇ ਨੇ, ਸਾਰਾ ਦਿਨ ਲੰਘ ਜਾਂਦਾ। ਉਹਨਾਂ ਦੇਖਿਆ ਕਿ ਇਹ ਤੇ ਸਾਰਾ ਦਿਨ ਉਸੇ ਤਰ੍ਹਾਂ ਜੀਵਨ ਜਿਉਂ ਜਾਂਦੇ ਨੇ ਜਿਵੇਂ ਆਪਾਂ ਸਾਰੇ ਜਿਉਂਦੇ ਹਾਂ। ਕਹਿਣ ਲੱਗੇ, ਨਾਮਾ ਮਾਇਆ ਮੋਹਿਆ। ਅਸੀਂ ਵੀ ਸੋਚਦੇ ਹਾਂ ਜਿਹੜਾ ਬੰਦਾ ਕਾਰੋਬਾਰ ਨੂੰ ਸਵੇਰੇ ਭੱਜ ਜਾਂਦਾ ਤੇ ਮਾਇਆ ਵਿੱਚ ਰਚਿਆ ਹੋਇਆ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇ ਲੈ ਰਾਮ ਨਾ ਲਾਵੋ ਚੀਤ। ਉਹ ਕਹਿਣ ਲੱਗੇ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਧਿਆਨ ਵਾਹਿਗੁਰੂ ਜੀ ਵੱਲ ਰੱਖਣਾ ਹੈ। ਇਹ ਕਿਵੇਂ ਹੋ ਸਕਦਾ, ਨੋਟ ਕਰਿਓ, ਇਹ ਕਿਵੇਂ ਹੋ ਸਕਦਾ ਹੈ। ਸਾਨੂੰ ਲੱਗਦਾ ਹੈ ਕਿ ਜਿਹੜੀ ਇੱਥੇ ਗੱਲਬਾਤ ਹੋ ਰਹੀ ਹੈ ਭਗਤ ਤ੍ਰਿਲੋਚਨ ਤੇ ਭਗਤ ਨਾਮਦੇਵ ਜੀ ਦੀ, ਬਸ ਖਤਮ ਹੋ ਗਈ, ਖਤਮ ਨਹੀਂ ਹੋਈ, ਇਹ ਗੱਲ ਅੱਗੇ ਚੱਲੀ ਹੈ। ਕੀ ਭਗਤ ਤ੍ਰਿਲੋਚਨ ਜੀ ਨੇ ਨਹੀਂ ਪੁੱਛਿਆ ਹੋਏਗਾ ਕਿ ਇਹ ਕਿੱਦਾਂ ਹੋ ਸਕਦਾ ਹੈ? ਜੇ ਪੁੱਛਿਆ ਹੋਏਗਾ ਤੇ ਕੀ ਭਗਤ ਨਾਮਦੇਵ ਜੀ ਨੇ ਦੱਸਿਆ ਨਹੀਂ ਹੋਏਗਾ? ਉਹ ਜਿਹੜਾ ਭਗਤ ਨਾਮਦੇਵ ਜੀ ਨੇ ਦੱਸਿਆ ਹੁਣੇ ਅਸੀਂ ਸ਼ਬਦ ਸੁਣ ਰਹੇ ਸੀ। ਆਨੀ ਦੇ ਕਾਗਦ ਕਾਟੀ ਦੇ ਗੂੜੀ, ਆਕਾਸ਼ ਮਦੇ ਭਰਮੀ ਅਲੇ, 5 ਜਣਾ ਸਿਉ ਬਾਤ ਬਤਊਆ, ਕੀਤ ਸੋ ਡੋਰੀ ਰਾਖੀ ਅਲੇ। ਉਹ ਸੀਨ ਜਿਹੜਾ ਆਉਣ ਵਾਲੇ ਦਿਨਾਂ 'ਚ ਆਮ ਦੇਖਦੇ ਹਾਂ, ਬੱਚਾ ਪਤੰਗ ਚੜਾਉਂਦਾ, ਕਾਗਜ਼ ਲਿਆ, ਪਤੰਗ ਬਣਾ ਲਿਆ, ਚੜਾ ਲਿਆ, ਹੱਥ ਵਿੱਚ ਕੀ ਹੈ? ਡੋਰੀ। ਕਦੀ ਪਤੰਗ ਚੜਾਉਣ ਵਾਲੇ ਨੂੰ ਦੇਖਿਓ, 5 ਜਣਾ ਸਿਉ ਬਾਤ ਬਤਊਆ, ਨਾਲ ਦੇ ਬੰਦੇ ਨਾਲ ਗੱਲਾਂ ਕਰਦਾ ਹੈ, ਦੂਸਰੇ ਦਾ ਪਤੰਗ ਦੇਖਦਾ ਹੈ, ਧਿਆਨ ਕਿੱਧਰ ਹੈ? ਡੋਰੀ ਵਿੱਚ। ਡੋਰੀ ਕੀ ਹੈ? ਡੋਰੀ ਡੋਲਦੀ ਹੈ, ਜੇ ਡੋਰੀ ਡੋਲ ਗਈ ਪਤੰਗ ਡੋਲ ਗਿਆ।
ਸਿੱਖਾ ਜੇ ਤੇਰਾ ਧਿਆਨ ਗੁਰਮਤਿ ਤੋਂ ਹੋਰ ਪਾਸੇ ਡੋਲ ਗਿਆ ਤੇਰੀ ਜ਼ਿੰਦਗੀ ਦਾ ਪਤੰਗ ਵੀ ਡੋਲ ਗਿਆ। ਜੇ ਤੇਰਾ ਧਿਆਨ ਗੁਰਬਾਣੀ ਤੋਂ ਕਿਸੇ ਹੋਰ ਪਾਸੇ ਡੋਲ ਗਿਆ ਤੇਰੀ ਜ਼ਿੰਦਗੀ ਦਾ ਪਰਿਵਾਰ ਦਾ ਸਾਰਾ ਸਟਰਕਚਰ ਹੀ ਡੋਲ ਜਾਏਗਾ। ਦੂਸਰੀ ਗੱਲ, ਜੇ ਡੋਲਦੀ ਹੋਈ ਡੋਰੀ ਵੇਲੇ ਪਤੰਗ ਨਾ ਸੰਭਾਲਿਆ ਤੇ ਪਤੰਗ ਝਾੜੀਆਂ ਚ ਫਸ ਜਾਂਦਾ, ਜੇ ਝਾੜੀਆਂ ਚ ਫਸ ਗਿਆ ਤੇ ਕੱਖ ਨਹੀਂ ਰਹੇਗਾ, ਨਾ ਡੋਰੀ ਦਾ ਨਾ ਪਤੰਗ ਦਾ। ਝਾੜੀਆਂ ਕੀ ਹੈ? ਜਿੱਥੇ ਕੰਡੇ ਹੁੰਦੇ ਨੇ। ਕੰਡੇ ਕੀ ਹੈ? ਨਫ਼ਰਤ। ਜੇ ਤੇਰਾ ਧਿਆਨ ਨਫ਼ਰਤ ਦੀਆਂ ਝਾੜੀਆਂ ਵਿੱਚ ਫਸ ਗਿਆ ਤੇ ਤੇਰੀਆਂ ਰਿਸ਼ਤਿਆਂ ਦਾ ਪਤੰਗ ਨੀਰੋ ਨੀਰ ਹੋ ਜਾਏਗਾ। ਮੈਂ ਫਿਰ ਦੁਹਰਾ ਦਿਆਂ, ਅੱਜ ਸਾਡੇ ਰਿਸ਼ਤੇ ਨੀਰੋ ਨੀਰ ਹੋ ਚੁੱਕੇ ਨੇ। ਬਦਕਿਸਮਤੀ, ਇੱਕੋ ਸੰਸਥਾ ਵਿੱਚੋਂ ਨਿਕਲੀਆਂ ਹੋਈਆਂ ਸੰਸਥਾਵਾਂ ਦੇ ਰਿਸ਼ਤੇ ਵੀ ਨੀਰੋ ਨੀਰ ਨੇ। ਇੱਕੋ ਹੀ ਮਾਪਿਆਂ ਦੀ ਕੁੱਖ ਵਿੱਚੋਂ ਜਨਮ ਲੈਣ ਵਾਲੇ ਭਰਾਵਾਂ ਦੇ ਰਿਸ਼ਤੇ ਵੀ ਨੀਰੋ ਨੀਰ ਹੁੰਦੇ ਨੇ। ਜਿਤਨਾ ਚਿਰ ਧਿਆਨ ਦੀ ਡੋਰੀ ਨਫ਼ਰਤ ਦੀਆਂ ਝਾੜੀਆਂ 'ਚ ਨਹੀਂ ਫਸਦੀ, ਪਤੰਗ ਨੂੰ ਕੋਈ ਖਤਰਾ ਨਹੀਂ। ਜ਼ਿੰਦਗੀ ਜਿਉਂਦੇ ਆ, ਹਰ ਤਰ੍ਹਾਂ ਦਾ ਮਨੁੱਖ ਮਿਲੇਗਾ, ਹਰ ਤਰ੍ਹਾਂ ਦੇ ਹਾਲਾਤ ਮਿਲਣਗੇ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ, ਸੁੱਖ ਵੀ ਆਉਣਗੇ ਦੁੱਖ ਵੀ ਆਉਣਗੇ, ਕਦੀ ਹੱਥ ਤੰਗ ਹੋਏਗਾ, ਕਦੀ ਚਾਰ ਪੈਸੇ ਕੋਲ ਹੋਣਗੇ, ਕਦੀ ਚੰਗੇ ਮੰਦੇ ਮਿਲਦੇ ਰਹਿਣਗੇ। ਧਿਆਨ ਦੀ ਡੋਰੀ ਨੂੰ ਜ਼ਰਾ ਧਿਆਨ ਰੱਖੀ, ਦੇਖੀ ਕਿਤੇ ਨਫ਼ਰਤ ਵਿੱਚ ਨਾ ਚਲੀ ਜਾਵੇ। ਅੱਜ ਨਫ਼ਰਤ ਵਿੱਚ ਜਾਣ ਕਰਕੇ ਅੱਜ ਕੌਮ ਦਾ ਪਤੰਗ ਵੀ ਡਾਵਾਡੋਲ ਜਾਂਦਾ ਪਿਆ ਹੈ। ਜਿਹੜਾ ਗੁਰੂ ਸਾਹਿਬ ਦੀ ਬਖਸ਼ਿਸ਼ ਵਾਲਾ ਪਾਸਾ, ਉਹਨੂੰ ਕੋਈ ਨਹੀਂ ਹਿਲਾ ਸਕਦਾ, ਕਿਉਂਕਿ ਗੁਰੂ ਪੰਥ ਦੀ ਜਿਹੜੀ ਡੋਰੀ ਹੈ ਉਹਦਾ ਧਿਆਨ ਗੁਰੂ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਦੂਸਰੀ ਉਦਾਹਰਣ ਦਿੱਤੀ, ਮਨ ਰਾਮ ਨਾਮਾ ਬੇਧੀ ਅਲੇ ਜੈਸੇ ਕਣਕ ਕਲਾ ਚਿਤ ਮਾਡੀ ਅਲੇ। ਪੰਜ ਉਦਾਹਰਣਾਂ ਇਸ ਵਿੱਚ ਦਿੱਤੀਆਂ। ਇੱਕ ਸੁਨਿਆਰ, ਸਾਨੂੰ ਲੱਗਦਾ ਹੈ ਕਿ ਦੁਕਾਨ ਦੇ ਉੱਪਰ ਫੈਕਟਰੀ ਦੇ ਵਿੱਚ ਸੋਨੇ 'ਚ ਧਿਆਨ ਰੱਖਦਾ ਹੈ। ਨਹੀਂ ਨਹੀਂ, ਸੁਨਿਆਰ ਦੇ ਕਦੀ ਜੀਵਨ ਨੂੰ ਪਰਖ ਕੇ ਦੇਖਣਾ, ਉਹਦੇ ਖਾਂਦੇ ਪੀਂਦਿਆਂ ਵੀ ਉਹਨੂੰ ਤੇ ਸੁਪਨੇ ਸੋਨੇ ਦੇ ਹੀ ਆਉਂਦੇ ਨੇ। ਆਪੋ ਕਦੀ ਨੋਟ ਕਰਿਓ, ਕਿਸੇ ਦੇ ਕੰਨਾਂ ਵਿੱਚ, ਕਿਸੇ ਦੇ ਹੱਥਾਂ ਵਿੱਚ, ਕਿਸੇ ਦੇ ਗਲੇ ਵਿੱਚ ਪਾਇਆ ਹੋਇਆ ਸੋਨਾ, ਗਹਿਣੇ, ਉਹਨੂੰ ਲੱਗਦਾ ਦੁਨੀਆਂ ਮੇਰੇ ਵੱਲ ਦੇਖ ਰਹੀ ਹੈ। ਠੀਕ ਹੈ, ਕਦੀ ਦੁਨੀਆਂ ਦੇਖਦੀ ਹੈ, ਸੁਨਿਆਰ ਦੇਖਦਾ ਹੋਏਗਾ, ਉਹ ਤੇਰੇ ਵੱਲ ਨਹੀਂ, ਉਹ ਤੇ ਸਦਾ ਸੋਨੇ ਵੱਲ ਦੇਖਦਾ ਹੈ। ਆਪੋ ਗੁਰਮੁਖ ਦਾ ਜੀਵਨ, ਸਿੱਖ ਸਿੱਖ ਨੂੰ ਦੇਖ ਕੇ ਗੁਰੂ ਦੇ ਵੱਲ ਹੀ ਧਿਆਨ ਰਵੇ। ਆਪੋ ਸਿਖਾਇਆ ਸਤਿਗੁਰੂ ਜੀ ਨੇ ਧਿਆਨ ਕਿੱਧਰ ਹੋਣਾ ਚਾਹੀਦਾ। ਸਾਂਝ ਕਰੀ ਜੈ ਗੁਣਾ ਕੇਰੀ ਛੋੜਾ ਕਰ ਚੱਲੀਏ। ਤੂੰ ਆਦਤ ਬਣਾ ਕੇ ਦੇਖ, ਤੈਨੂੰ ਹਰ ਇੱਕ ਵਿੱਚੋਂ ਗੁਣ ਦਿਸ ਸਕਦੇ ਨੇ। ਜੇ ਹਰ ਇੱਕ ਵਿੱਚੋਂ ਗੁਣ ਦੇਖੇਗਾ, ਤੂੰ ਚਰਚਾ ਵੀ ਗੁਣਾਂ ਦੀ ਕਰੇਗਾ, ਇੱਕ ਦਿਨ ਗੁਣਾਂ ਨਾਲ ਭਰ ਜਾਏਗਾ। ਜੇ ਨਾ ਧਿਆਨ ਰੱਖਿਆ, ਔਗਣਾਂ ਵੱਲ ਧਿਆਨ ਦੇਖਦਾ ਰਿਹਾ, ਤੈਨੂੰ ਹਰ ਇੱਕ ਵਿੱਚੋਂ ਗੁਣ ਦਿਸਣ ਲੱਗ ਜਾਣਗੇ। ਬਦਕਿਸਮਤੀ, ਤੈਨੂੰ ਆਪਣੇ ਭਰਾਵਾਂ ਵਿੱਚੋਂ ਵੀ ਔਗਣ ਦਿਸਣਗੇ। ਜੇ ਹਰ ਇੱਕ ਵਿੱਚ ਔਗਣ ਦੇਖਣ ਦੀ ਆਦਤ ਆ ਗਈ, ਮਾਪਿਆਂ ਵਿੱਚੋਂ ਵੀ ਔਗਣ ਦਿਸਣਗੇ। ਇਹ ਆਦਤ ਕੂੜ ਦੀ ਪਾਲ ਹੈ, ਇੱਕ ਦਿਨ ਤੂੰ ਖੁਦ ਔਗਣਾਂ ਨਾਲ ਭਰ ਜਾਏਗਾ। ਧਿਆਨ ਵਾਹਿਗੁਰੂ ਦੇ ਗੁਣਾਂ ਵੱਲ, ਵਾਹਿਗੁਰੂ ਜੀ ਦੇ ਸਿਮਰਨ ਵੱਲ। ਫਿਰ ਉਦਾਹਰਨ ਦਿੱਤੀ ਤੀਸਰੀ, ਆਨੀ ਦੇ ਕੁੰਭ ਭਰਾਈ ਦੇ ਉਦਕ ਰਾਜਕੁਮਾਰ ਪੁਰੰਦਰੀਏ ਹਸਤ ਵਿਚਾਰ, ਵਾਹਿਗੁਰੂ ਹਸਤ ਵਿਨੋਦ ਵਿਚਾਰ ਕਰਦੀ ਹੈ ਕੀਤ ਸੁਗਾਗਰ ਰਾਖੀ ਅਲੇ। ਸਾਡੀਆਂ ਧੀਆਂ ਭੈਣਾਂ ਪ੍ਰਾਤਨ ਸਮਿਆਂ 'ਚ ਖੂਹ ਤੋਂ ਪਾਣੀ ਭਰਨ ਜਾਂਦੀਆਂ, ਇੱਦਾਂ ਲੱਗਦੀਆਂ ਜਿਵੇਂ ਰਾਜਿਆਂ ਦੀਆਂ ਰਾਣੀਆਂ ਹੋਣ। ਪੰਜਾਬ ਦੇ ਅੰਦਰ ਲੜਕੀਆਂ ਨੂੰ ਆਮ ਤੌਰ 'ਤੇ ਧੀਆਂ ਰਾਣੀਆਂ ਕਹਿ ਦਿੰਦੇ ਸੀ। ਉਹ ਪਾਣੀ ਦੀ ਗਾਗਰ, ਪਾਣੀ ਦਾ ਮਟਕਾ ਚੁੱਕ ਕੇ ਆ ਰਹੀਆਂ ਨੇ, ਇੱਕ ਦੂਸਰੇ ਨਾਲ ਹੱਸਦੀਆਂ ਖੇਡਦੀਆਂ ਨੇ, ਕਦੀ ਇੱਕ ਦੂਸਰੇ ਦੇ ਮੁੱਕੀ ਮਾਰਦੀਆਂ ਨੇ, ਜਾਣੀ ਇੱਦਾਂ ਹੱਸਦੀਆਂ ਸਭ ਕੁਛ ਕਰਦੀਆਂ ਨੇ। ਹਸਤ ਵਿਨੋਦ ਵਿਚਾਰ ਕਰਦੀਆਂ ਕੀਤ ਸੋ ਗਾਗਰ ਰਾਖੀਆਂ ਨੇ, ਕਿਤੇ ਪਾਣੀ ਨਾ ਡੁੱਲ ਜੇ। ਆਪੋ ਗੁਰਸਿੱਖਾ, ਜ਼ਿੰਦਗੀ 'ਚ ਜ਼ਿੰਮੇਵਾਰੀਆਂ ਨਿਭਾਈ, ਦੇਖੀ ਕਿਤੇ ਤੇਰੇ ਘਰ ਵਿੱਚੋਂ ਸਿੱਖੀ ਡੁੱਲ ਕੇ ਪਾਸੇ ਨਾ ਚਲੀ ਜਾਵੇ। ਪੰਜਾਬ 'ਚੋਂ ਨਹੀਂ ਜਾਣੀ ਚਾਹੀਦੀ ਸੀ, ਬਹੁਤ ਨੁਕਸਾਨ ਹੋ ਗਿਆ। ਦੇਖੀ ਕਿਤੇ ਤੇਰੇ ਬੱਚਿਆਂ ਵਿੱਚੋਂ ਸਿੱਖੀ ਨਾ ਚਲੀ ਜਾਵੇ। ਸਿੱਖ ਉਹਨਾਂ ਤੋਂ, ਉਹ ਹੱਸਦੀਆਂ ਖੇਡਦੀਆਂ ਇੱਕ ਦੂਸਰੇ ਨੂੰ ਮਖੌਲ ਕਰਦੀਆਂ ਨੇ, ਗੱਲਾਂ ਕਰਦੀਆਂ ਨੇ, ਉਹ ਭਾਵੇਂ ਦੇਖਦੀਆਂ ਇੱਕ ਦੂਸਰੇ ਨੂੰ ਨੇ, ਧਿਆਨ ਗਾਗਰ ਵਿੱਚ ਪਾਣੀ ਨੂੰ ਡੁੱਲਣ ਦਿੰਦੀਆਂ।
मंदिर एक द्वार दस जाके गऊ चरावन छाड़ी अले पांच कोस पर गऊ चरावत कीत सो मचरा रखी अले दस द्वार पुरातन समय जिथे गऊं रखिया जाते सिर्फ लंबा बराना होंदा सी ते बराने दे विच कुछ देरी तो बाद पिलर बनाने पैंदे ने जिन्हें पिलर होंदे ने उन्हें दरवाजे बन गए ते जिहदे घर विच दस दरवाजिया वाला एक लंबा एक गऊं का जिहड़ा बराना होंदा सी ना उहनूं कहिंदे सी बहुत वड्डा गऊं का बाड़ा है उस विच गऊं ने एक गऊ सोई हुई है वह बच्छा घर विच है गऊ चरावन चले गए ने चित बच्छे विच है गऊ है बच्छा बच्चा है अणजाण है प्यारिया जो मर्जी करदा फिरी ध्यान तेरे मन विच होना चाहिए तेरा मन भी बच्चा है मन भी आना है देखी किते ये मन तेनू गुरबाणी गुरमत ते गुरसिखी तो दूर न ले जावे पंजवीं उदाहरण उस विच वर्ती पंक्ति दस रही है कि उसे श्लोक वाली ही घटना चल रही है कहत नाम दियो सुनो तलोचन बालक पौलन पाटी अले बालक पालन पौटी अले भंगूड़ा मां अपने बच्चे भंगूड़े च पा दिंदी है अंतर बाहर काज विरुद्धी चीत सो बालक राखी अले साडा मन अखां राही इधर उधर जाता है कन्ना राही इधर उधर जाता है पर जदों भी बच्चा रोंदा है मां सारे काम छड़ के आ जाती है प्यारिया जदों तेरा मन गुरमत तो दूर होवे बाकी सारे काम छड़ के मन नूं गुरमत नाल जोड़न वास्ते यतन करिया कर ये दो भगतां दी वार्तालाप भगत तलोचन जी ने जदों सुनी भगत नामदेव जी दी गल मन विच ख्याल आया मैं ते सोचदा सी कि बंदगी करन वास्ते कोई भोरा चाहीदा है मैनू ते लगदा सी बंदगी करन वास्ते पहाड़ां दीआं कंधरां च बैठना पवेगा अज पता लग्या कि काम कार करदिआं वी बंदगी हुंदी है सच जाणिओ सिख दा जीवन ही बंदगी है आउण वाले दिनां विच 27 तरीक नूं जिहड़े समागम चल रहे ने उस विच भी आवण दा समां मिलेगा इतों ही गल उतों शुरू करांगे कि आपां जो जिंदगी विच जीवन जिउ रहे हां साडी जिंदगी दा हर पहलू बंदगी है साडी जिंदगी दा हर पहलू सेवा है इस सबजैक्ट नूं आप जी दे नाल 27 तरीक वाली हाजरी में साझा करांगा और चुप दी खिमा सारिआं दा समूहिक तौर ते हार्दिक धन्नवाद श्री गुरु ग्रंथ साहिब जी महाराज जी दा शुकराना और चुक दी फतेह और चुक दी खिमा फतेह दी सांझ करनी जी वाहिगुरु जी का खालसा वाहिगुरु जी की फतेह।